ਅੱਛਾ ਸਰ, ਤੁਸੀਂ ਜਿਵੇਂ ਦੱਸਿਆ ਸੀਗਾ ਕਿ ਤੁਸੀਂ ਮਾਰਸ ਮਿਸ਼ਨ ਦੇ ਵਿੱਚ ਸੀਗੇ, ਤੇ ਉਹ ਸੈਟੇਲਾਈਟ ਦਾ ਸਾਨੂੰ ਥੋੜਾ ਬਹੁਤ ਦੱਸੋਗੇ? ਮਾਰਸ ਆਰਬਿਟਰ ਬੇਸਿਕਲੀ, ਉਸ ਤੋਂ ਪਹਿਲਾਂ ਸਾਡਾ ਇੱਕ ਹੋਰ ਸੈਟੇਲਾਈਟ ਸੀ ਜਿਹੜਾ ਮੈਂ ਦੱਸਿਆ ਕਿ ਫ੍ਰੈਂਚ ਗਿਆਨਾ ਤੋਂ ਲਾਂਚ ਹੋਇਆ, ਮੈਂ ਉਹਦਾ ਪ੍ਰੋਜੈਕਟ ਮੈਨੇਜਰ ਸੀ, ਤੇ ਉਹ ਪ੍ਰੋਜੈਕਟ ਚੱਲ ਰਿਹਾ ਸੀ ਤੇ ਇਹ ਨਾਲੋ ਨਾਲ ਇਹਦਾ ਡਿਜ਼ਾਈਨ ਸ਼ੁਰੂ ਹੋ ਗਿਆ ਮਾਰਸ ਦਾ। ਓਕੇ, ਮਤਲਬ ਤੁਸੀਂ ਦੋ ਪ੍ਰੋਜੈਕਟ ਦੋ 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 ਪ੍ਰੋਜੈਕਟ ਪੈਰਲਾ ਚੱਲ ਰਹੇ ਸੀ, ਲੇਕਿਨ ਮਾਰਸ ਵਾਲਾ ਪ੍ਰੋਜੈਕਟ ਐਡਵਾਂਸ, ਮਤਲਬ ਇਨਸੈਟ 3D ਜਿਹੜਾ ਪ੍ਰੋਜੈਕਟ ਸੀਗਾ ਉਹ ਪਹਿਲੇ ਤੋਂ ਕਨਸੀਵ ਹੋਇਆ ਸੀ, ਪਹਿਲੇ ਤੋਂ ਚੱਲ ਰਿਹਾ ਸੀ, ਤੇ ਉਸ ਪ੍ਰੋਜੈਕਟ ਨੂੰ ਕਰੀਬ 10 ਸਾਲ ਲੱਗੇ ਮੈਚੋਰ ਹੋਣ ਵਿੱਚ, ਤੇ ਇਹ ਜਦੋਂ ਪੀਕ ਤੇ ਸੀਗਾ ਤਾਂ ਉਦੋਂ ਇਹ ਨਾਲ ਸ਼ੁਰੂ ਹੋਇਆ ਕੰਮ, ਤੇ ਫਿਰ ਮੈਂ ਫ੍ਰੈਂਚ ਗਿਆਨਾ ਚਲਾ ਗਿਆ ਲਾਂਚ ਵਾਸਤੇ, ਤੇ ਜਿੱਦਾਂ ਹੀ ਆਇਆ ਉਦੋਂ ਇਹਦਾ ਫਿਰ ਅਸੈਂਬਲੀ, ਇਹਦੇ ਪਾਰਟ ਸਾਰੇ ਤਿਆਰ ਹੋ ਚੁੱਕੇ ਸੀਗੇ, ਤੇ ਫਿਰ ਇਹਦੀ ਅਸੈਂਬਲੀ ਸ਼ੁਰੂ ਹੋ ਗਈ, ਤੇ ਫਿਰ ਡੇ ਨਾਈਟ ਕੰਮ ਚੱਲ ਰਿਹਾ ਸੀ। ਪਹਿਲੇ ਉਹ ਇਨਸਰਟ 3D ਵਿੱਚ ਡੇ ਨਾਈਟ ਕੰਮ ਕੀਤਾ, ਤੇ ਜਿੱਦਾਂ ਹੀ ਉਹ ਲਾਂਚ ਕਰਕੇ ਆਇਆ ਤੇ ਇਹਦਾ ਕੰਮ ਸ਼ੁਰੂ ਹੋ ਗਿਆ। ਫਿਰ ਉਹ ਬੈਕ ਟੂ ਬੈਕ, ਮਤਲਬ ਦੋ ਪ੍ਰੋਜੈਕਟ ਇਕੱਠੇ ਹੋਏ ਮੇਰੇ, ਤੇ ਵਿਦਇਨ 6 ਮੰਥ ਅਸੀਂ ਉਹਨੂੰ ਪੂਰਾ ਅਸੈਂਬਲ ਕਰਕੇ, ਟੈਸਟ ਕਰਕੇ ਤੇ ਲਾਂਚ ਕਰ ਦਿੱਤਾ ਸੀ।